ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧੀਆਂ ਹੀ ਜਾ ਰਹੀਆਂ ਹਨ ਜਿਸ ਦੇ ਚਲਦੇ ਚੋਰਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਹਨ। ਇਸੇ ਤਰ੍ਹਾਂ ਇੱਕ ਚੋਰੀ ਦਾ ਮਾਮਲਾ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਪੰਜਾਬ ਮਾਤਾ ਨਗਰ ਵਿੱਚ ਗੁਜਰੀ ਰੋਡ ਤੇ ਦੇਖਣ ਨੂੰ ਮਿਲਿਆ ਜਿੱਥੇ ਚੋਰਾਂ ਦੁਆਰਾ ਦੇਰ ਰਾਤ ਛੱਤ ਦੇ ਜ਼ਰੀਏ ਇੱਕ ਮੋਬਾਈਲ ਦੁਕਾਨ ਵਿੱਚ ਵੜ ਕੇ ਚੋਰਾਂ ਨੇ ਉੱਥੇ ਪਏ ਮੋਬਾਈਲ ਅਤੇ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਿਕ ਆਰੋਪੀ ਦੋ ਹੋ ਸਕਦੇ ਹਨ ਜੋ ਦੁਕਾਨ ਤੋਂ ਨਵੇਂ ਤੇ ਪੁਰਾਣੇ ਮੋਬਾਈਲ ਅਤੇ ਕਰੀਬ 30,000 ਨਗਦੀ ਲੈ ਕੇ ਫਰਾਰ ਹੋ ਗਏ ਹਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਭਾਜੀ ਆਪਣੀ ਸ਼ੌਪ ਹੈ ਪੱਖੋਵਾਲ ਰੋਡ ਤੇ ਨਾਰੰਗ ਮੋਬਾਈਲ ਇੰਡੋਰ ਸਟੇਡੀਅਮ ਦੇ ਨੇੜੇ। ਅੱਜ ਆਪਣੇ ਸੁਬਾਹ ਲੜਕਾ ਆਇਆ ਸ਼ੌਪ ਤੇ ਤੇ ਦੇਖਿਆ ਚੋਰੀ ਹੋਈ ਸੀ ਤੇ ਤਕਰੀਬਨ 30 ਤੋਂ 35 ਹਜ਼ਾਰ ਰੁਪਏ ਕੈਸ਼ ਤੇ 7-8 ਨਵੇਂ ਮੋਬਾਈਲ ਸੀਗੇ ਤੇ ਆਪਣਾ ਨਾਲ ਸੈਕਿੰਡ ਹੈਂਡ ਦਾ ਵੀ ਕੰਮ ਹੈ ਤੇ 4-5 ਪੁਰਾਣੇ ਮੋਬਾਈਲ ਸੀਗੇ ਤੇ 4-5 ਐਪਲ ਦੀ ਘੜੀਆਂ ਸੀਗੀਆਂ ਉਹ ਲੈ ਗਏ ਤੇ ਇੱਕ ਪਾਰਸਲ ਵੀ ਸੀਗਾ ਨਾਲ ਕਿਸੇ ਤੋਂ ਆਇਆ ਹੋਇਆ ਸੀ ਬਾਹਰੋਂ ਆਊਟਰ ਤੋਂ ਉਹ ਵੀ ਨਾਲ ਲੈ ਗਿਆ ਜਿਹਦੇ ਵਿੱਚ ਨੁਕਸਾਨ ਕਾਫੀ ਹੋ ਗਿਆ। ਭਗਤ ਸਿੰਘ ਥਾਣਾ ਡੁਗਰੀ ਤੋਂ ASI ਬਲਵਿੰਦਰ ਸਿੰਘ ਇੱਥੇ ਪੰਜਾਬ ਮਾਤਾ ਨਗਰ ਚੌਂਕ ਦੇ ਲਾਗੇ ਪੱਕੀਆਂ ਰੋਡ ਦੇ ਉੱਤੇ ਨਰੰਗ ਮੋਬਾਈਲ ਦੁਕਾਨ ਆ ਉੱਥੋਂ ਇਹ ਥੋੜ੍ਹੀ ਦੇਰ ਹੋਈ ਹੈ ਜੇ 15 ਦਿਨ ਹੋਏ ਦੁਕਾਨ ਖੁੱਲ੍ਹੀ ਨੂੰ। ਇਹਦੇ ਉੱਪਰਲੇ ਪਾਸੇ ਛੱਤ ਦੇ ਸਿਮਟ ਦੀਆਂ ਟੀਨਾਂ ਪਾ ਕੇ ਥੱਲਿਓ POP ਕਰਾ ਕੇ ਦੁਕਾਨ ਕਿਰਾਏ 'ਤੇ ਦਿੱਤੀ ਸੀ ਜੈਨ ਰੰਗ ਨੂੰ ਔਰ ਉਹਦੇ ਵਿੱਚ ਜੋ CC ਕੈਮਰੇ ਦੇ ਆਧਾਰ 'ਤੇ ਇੱਕ ਬੰਦਾ ਥੱਲੇ ਉੱਤਰਦਾ ਪਤਲਾ ਜਿਹਾ ਔਰ ਉਹਨੇ ਚੋਰੀ ਕੀਤੀ ਹੈ ਔਰ ਹੋ ਸਕਦਾ ਕਿ ਇਹ ਦੋ ਜਣੇ ਹੋਣ ਜਾਂ ਇੱਕ ਵੀ ਕਹਿ ਸਕਦੇ ਦੋ ਵੀ ਕਹਿ ਸਕਦੇ ਇਹਨਾਂ ਨੂੰ। ਇਹਨਾਂ ਨੇ 5-6 ਫੋਨ ਜਿਹੜੇ ਸੈਮਸੰਗ ਔਰ ਨੋਕੀਆ ਕੰਪਨੀ ਦੇ ਨੇ 5 ਤੋਂ 6 ਫੋਨ ਜਿਹੜੇ ਐਪਲ ਦੇ ਨੇ 3 ਘੜੀਆਂ ਨੇ ਔਰ ਕੁਛ ਪੈਸੇ ਨੇ ਇਹ ਜੋ ਦੱਸ ਰਹੇ ਨੇ ਪਰ ਇਹਨਾਂ ਕੋਲ ਇਹਨਾਂ ਦੀ ਕੋਈ ਇੰਸ਼ੋਰੈਂਸ ਵਗੈਰਾ ਹੈ ਨਹੀਂ ਔਰ ਬਿੱਲ ਵਗੈਰਾ ਅਜੇ ਤੱਕ ਇਹਨਾਂ ਪੇਸ਼ ਨਹੀਂ ਕੀਤੇ ਕੋਈ ਦਿੱਤਾ ਨਹੀਂ ਦਿਖਾਇਆ ਨਹੀਂ। ਬਾਕੀ CC ਕੈਮਰੇ ਦੇ ਆਧਾਰ 'ਤੇ ਜਿਹੜੀ ਚੋਰ ਦੀ ਫੋਟੋਜ ਆ ਰਹੀ ਹੈ ਪਰ ਉਹਦੀ ਅਜੇ ਸ਼ਨਾਖਤ ਕਰਨੀ ਚੱਲ ਰਹੀ ਹੈ ਇਹਨਾਂ ਨੂੰ ਪੁੱਛ ਰਿਹਾ ਸੀ ਦਿਖਾ ਵੀ ਰਹੇ ਹਾਂ ਔਰ ਬਾਕੀ ਦੇਖ ਕੇ ਜੋ ਵੀ ਕਾਰਵਾਈ ਬਣਦੀ ਹੋਏਗੀ ਉਹ ਕੀਤੀ ਜਾਏਗੀ। ਕੈਸ਼ ਆਪਣੇ ਆਪ 'ਤੇ ਦੱਸਦਾ ਕਿ 25-30 ਹਜ਼ਾਰ ਰੁਪਈਆ ਪਰ ਬਾਕੀ ਵੇਖਾਂਗੇ ਕੋਈ 25-30 ਹਜ਼ਾਰ ਰੁਪਈਆ ਦੁਕਾਨ ਦੇ ਵਿੱਚ ਰੱਖਦਾ ਤਾਂ ਹੈ ਨਹੀਂ ਬਾਕੀ ਦੇਖੋ ਕੀ ਕਹਿੰਦਾ। ਪ੍ਰਾਈਮ ਮੁਦੇਲੀ ਲੁਧਿਆਣਾ ਤੋਂ ਹੈਰੀ ਦੀ ਰਿਪੋਰਟ।